ਜਿਹੜੀ ਪੰਜਾਬ ਪੁਲਿਸ ਨੇ ਔਰ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਛੇੜੀ ਆ ਉਹ ਕੁਝ ਹੱਦ ਤੱਕ ਸ਼ਲਾਘਾਯੋਗ ਆ ਆਪਾਂ ਕਹਿ ਸਕਦੇ ਆ ਕਿ ਬਹੁਤ ਚੰਗੇ ਕਦਮ ਚੁੱਕੇ ਜਾ ਰਹੇ ਆ ਪਰ ਕੁਝ ਤਰੀਕਿਆਂ ਨਾਲ ਉਹ ਆਲੋਚਨਾਯੋਗ ਆ ਉਹਦੀ ਮੇਰੇ ਖਿਆਲ ਕ੍ਰਿਟਿਸਿਜ਼ਮ ਕਰਨੀ ਚਾਹੀਦੀ ਆ ਇਹ ਜਿਹੜੀ ਮੁਹਿੰਮ ਚੱਲੀ ਆ ਕਰੀਬ 2000 ਬੰਦਾ ਹੁਣ ਤੱਕ ਫੜ ਲਿਆ ਗਿਆ ਵਾ ਇਹਦੇ ਵਿੱਚ ਕੁਝ ਛੋਟੇ ਮੋਟੇ ਜਿਹੜੇ ਨਸ਼ੇੜੀ ਆ ਉਹ ਵੀ ਫੜੇ ਗਏ ਆ ਹੁਣ ਪਤਾ ਲੱਗ ਰਿਹਾ ਵੀ ਕੁਝ ਜਿਹੜੇ ਤਸਕਰੀ ਕਰਦੇ ਆ ਉਹ ਵੀ ਪੁਲਿਸ ਦੇ ਕੇਰੇ ਚ ਆ ਗਏ ਆ ਇਹ ਵੀ ਪਤਾ ਲੱਗਾ ਕਿ ਪੁਲਿਸ ਨੇ ਜਿਹੜੀਆਂ ਨੇੜੇ-ਤਰੇ ਦੀਆਂ ਸਟੇਟਸ ਐ ਜਿਵੇਂ ਹਰਿਆਣਾ ਰਾਜਸਥਾਨ ਉੱਥੇ ਵੀ ਪੁਲਿਸ ਟੀਮਸ ਭੇਜੀਆਂ ਔਰ ਕੁਝ ਮੱਧਿਆ ਪ੍ਰਦੇਸ਼ ਯੂਪੀ ਤੱਕ ਵੀ ਭੇਜੀਆਂ ਜਿੱਥੋਂ ਨਸ਼ੇ ਆ ਰਹੇ ਆ ਜਿੱਥੇ ਨਸ਼ੇ ਜਾ ਰਹੇ ਆ ਪੰਜਾਬ ਪੁਲਿਸ ਦੀ ਜਿਹੜੀ ਪਟਿਆਲਾ ਡਿਸਟ੍ਰਿਕਟ ਦੀ ਜਿਹੜੀ ਉੱਥੇ ਦੀ ਪੁਲਿਸ ਆ ਉਹਨਾਂ ਦੇ ਵੀ ਕੁਝ ਚੰਗੇ ਕਦਮ ਚੁੱਕੇ ਆ ਉੱਥੇ ਸਭ ਤੋਂ ਮੈਂ ਸੋਚਦਾ ਚੰਗਾ ਕਦਮ ਇਹ ਆ ਕਿ ਜਿਹੜੇ ਪੁਰਾਣੇ ਜਿਹੜੇ ਨਸ਼ੇ ਕਰਦੇ ਸੀ ਉਹਨਾਂ ਦੀ ਉਹ ਮਦਦ ਲੈ ਰਹੀ ਹੈ ਪੁਲਿਸ ਵੀ ਜਿਹੜੇ ਹੁਣ ਨਸ਼ੇ ਕਰਦੇ ਆ ਉਹਨਾਂ ਨੂੰ ਕਾਉਂਸਲਿੰਗ ਕਰ ਸਕਣ ਉਹਨਾਂ ਨੂੰ ਦੱਸ ਸਕਣ ਵੀ ਨਸ਼ੇ ਕਰਨਾ ਕਿੰਨੀ ਮਾੜੀ ਚੀਜ਼ ਆ ਔਰ ਇਹ ਕਿਵੇਂ ਇਹਦੇ ਤੋਂ ਅਸੀਂ ਛੁਡਕਾਰਾ ਪਾ ਸਕਦੇ ਆ ਲੇਕਿਨ ਜੋ ਦੋਲੇਵਾਲਾ ਪਿੰਡ ਜਿਹੜਾ ਮੁਗੇ ਡਿਸਟ੍ਰਿਕਟ ਦੇ ਵਿੱਚ ਆ ਜੋ ਉੱਥੇ ਹੋ ਰਿਹਾ ਉਹ ਮੇਰੇ ਸਾਹਮਣੇ ਨਾਲ ਸਵੇਦਨ ਹੀਣਤਾ ਦੀ ਹਾਦਿਆ ਇਨਸੈਂਸਿਟੀ ਦੀ ਹਾਦਿਆ ਮੇਰੇ ਸਾਹਮਣੇ ਇੱਕ ਤਰੀਕੇ ਨਾਲ ਬੇਵਕੂਫੀ ਆ ਉੱਥੇ ਦੋਲੇ ਵਾਲਾ ਪਿੰਡ ਦੇ ਬਾਹਰ ਪੁਲਿਸ ਨੇ ਇੱਕ ਬੋਰਡ ਲਗਾਤਾ ਬੋਰਡ ਨੇ ਕਿਹਾ ਵੀ ਇਹ ਪਿੰਡ ਜਿਹੜਾ ਵਾ ਦੋਲੇ ਵਾਲਾ ਇਹ ਨਸ਼ੇ ਕਰਕੇ ਬਦਨਾਮ ਆ ਇੱਥੇ ਜਿਹੜਾ ਬੰਦਾ ਵੀ ਆਊਗਾ ਉਹ ਪੁਲਿਸ ਦੀ ਸ਼ੱਕ ਦੀ ਸ਼ੱਕ ਦੇ ਘੇਰੇ ਚ ਆ ਔਰ ਇੱਥੇ ਖੂਫੀਆ ਕੈਮਰੇ ਨਾਲ ਸਾਰੇ ਪਿੰਡ ਤੇ ਨਿਗਰਾਨੀ ਰੱਖੀ ਜਾ ਰਹੀ ਆ ਇਹਦੇ ਨਾਲ ਐਨ ਲੱਗਦਾ ਵੀ ਸਾਰਾ ਪਿੰਡ ਹੀ ਜਿਹੜਾ ਵਾ ਉਹ ਨਸ਼ੇ ਕਰਦਾ ਔਰ ਸਾਰਾ ਪਿੰਡ ਹੀ ਬਦਨਾਮ ਕਰਦਾ ਠੀਕ ਆ ਦੀ ਕਰੀਬ 440 ਘਰ ਆ ਉਹਦੇ ਚੋਂ ਕਰੀਬ 1200 ਪਰਿਵਾਰ ਜਿਹੜਾ ਵਾ ਜਾਂ ਪਰਿਵਾਰ ਦੇ ਮੈਂਬਰ ਜਿਹੜੇ ਆ ਉਹਨਾਂ ਦੇ ਕੇਸ ਜਿਸਟਰ ਹੋਏ ਆ ਪਰ ਤੁਸੀਂ ਸਾਰੇ ਪਿੰਡ ਨੂੰ ਇਦਾਂ ਬਦਨਾਮ ਕਿਵੇਂ ਕਰ ਸਕਦੇ ਜੀ ਆਫਟਰ ਆ ਲੋਕਾਂ ਨੇ ਆਪਣੇ ਧੀਆਂ ਪਣਾ ਵਿਆਹਣੀਆਂ ਵੀ ਆ ਉਥੋਂ ਦੇ ਲੋਕਾਂ ਦਾ ਵੀ ਧੀਆਂ ਪਣਾ ਵਿਆਹਣੀਆਂ ਰਿਸ਼ਤੇ ਕਰਨੇ ਆ ਵੈਸੇ ਵੀ ਬੱਚਿਆਂ ਨੇ ਸਕੂਲ ਜਾਣਾ ਕਾਲਜ ਜਾਣਾ ਸੋ ਇਹ ਉਹ ਕੀ ਕਹਿਣਗੇ ਜਾ ਕੇ ਅਸੀਂ ਦੋਲੇ ਵਾਲੇ ਤੇ ਮੇਰਾ ਖਿਆਲ ਇਹ ਜੇ ਮੈਂ ਕਹਾਂ ਕਿ ਇਹ ਇਨਸੈਂਸਿਟੀ ਸੰਵੇਦਨਹੀਣਤਾ ਦੀ ਹਾਦਿਆ ਮੇਰੇ ਖਿਆਲ ਔਰ ਇਸ ਹਰਾਨੀ ਦੀ ਗੱਲ ਐ ਵੀ ਉੱਥੇ ਜਿਹੜਾ ਬੋਰਡ ਲੱਗਾ ਉਹਦੇ ਤੇ ਨਾ ਐਸਐਚਓ ਦਾ ਤੇ ਡੀਐਸਪੀ ਦਾ ਤੇ ਲਿਖਿਆ ਹੀ ਆ ਐਸਐਸਪੀ ਮੋਗੇਦੀ ਔਰ ਡੀਆਈਜੀ ਮੋਗੇਦਾ ਉਹਨਾਂ ਦੇ ਨਾਮ ਹੀ ਲਿਖਿਆ ਮੇਰਾ ਖਿਆਲ ਪੰਜਾਬ ਸਰਕਾਰ ਨੂੰ ਇਹਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਵਾ ਇਮੀਡੀਏਟਲੀ ਬੋਰਡ ਨੂੰ ਹਟਾ ਦੇਣਾ ਚਾਹੀਦਾ ਵਾ ਉੱਥੇ ਕਾਉਂਸਲਿੰਗ ਦੀ ਲੋੜ ਆ ਉੱਥੇ ਵੱਡੇ ਜਿਹੜੇ ਵੱਡੇ ਵਡੇਰੇ ਆ ਉਹਨਾਂ ਨੂੰ ਜਾ ਕੇ ਸਮਝਾਉਣ ਦੀ ਲੋੜ ਹੈ ਲੋਕਾਂ ਨੂੰ ਇਸ ਤਰ੍ਹਾਂ ਦੇ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ ਵੀ ਤੁਸੀਂ ਬੋਰਡ ਲਾ ਦਿਓ ਸਾਰਾ ਪਿੰਡ ਹੀ ਬਦਨਾਮ ਕਰਦੇ ਹੋ ਤੁਸੀਂ ਆਪਾਂ ਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਆਲਰੇਡੀ ਜਿਹੜੇ ਕੁਝ ਜ਼ਮੀਦਾਰ ਆ ਉਹ ਆਤਮ ਹੱਤਿਆ ਕਰ ਰਹੇ ਕਿਤੇ ਇਹ ਨਾ ਹੋਵੇ ਵੀ ਇਹ ਦੂਜਾ ਕੰਮ ਸ਼ੁਰੂ ਹੋ ਜਵੇ ਵੀ ਜਿਹੜੇ ਨਸ਼ੇ ਕਰਦੇ ਆ ਨਸ਼ੇੜੀ ਆ ਕਿਉਂਕਿ ਉਹ ਬਦਨਾਮ ਹੋ ਗਿਆ ਉਹ ਆਤਮ ਹੱਤਿਆ ਕਰਨ ਲੱਗ ਪੈਂ ਇੱਕ ਬੜੀ ਵੱਡੀ ਸੀਰੀਅਸ ਪ੍ਰੋਬਲਮ ਆ ਜੂਗੀ ਮੇਰੇ ਖਿਆਲ ਹੁਣ ਤੱਕ ਕੋਰਟਸ ਨੇ ਵੀ ਇਹਦੇ ਤੇ ਇਹਨੂੰ ਨਜ਼ਰਅੰਦਾਜ਼ੀ ਕੀਤਾ ਵਾ ਇਹਦਾ ਨੋਟਿਸ ਨਹੀਂ ਲਿਆ ਮੇਰੇ ਖਿਆਲ ਕੋਰਟ ਨੂੰ ਵੀ ਇੰਟਰਵੈਨ ਕਰਨਾ ਚਾਹੀਦਾ ਵਾ ਜੇ ਸਰਕਾਰ ਉਥੋਂ ਬੋਰਡ ਨਹੀਂ ਹਟਾਉਂਦੀ